हमेशा मेरी कोशिश यही होंदी है कि तुहानू चंगे इंसान दे रूबरू करवाउंदा रहा जिहड़े वधिया काम करदे ने। अज तुहानू भाजी हुणां दे बारे दसना आ। भाजी हुणां दी फेसबुक दे उपर आई डी नाम हैगा आ सुख मलो मलो उह तरसेम जसड़ वाला। तो कम ये भाजी सोच के करदे ने कि मेरे सिर दे उपर पग बन्नी आ ते मैं दाढ़ी रखी हुई है ते मैं कोई इदां दा कम ना करांगा वी कल नू कोई बंदा आके मेरे गल दे विच हत्थ पा लवे। ਭਾਜੀ ਹੁਣੀ ਲੋਕਾਂ ਨੂੰ ਇੱਥੇ ਗਾਈਡ ਕਰਦੇ ਨੇ ਪੁਰਤਗਾਲ ਦੇ ਵਿੱਚ ਪੇਪਰਾਂ ਦੇ ਬਾਰੇ ਕਿ ਵੀ ਆਹ ਆਹ ਪੇਪਰ ਇੱਥੇ ਬਣਦੇ ਨੇ ਅਤੇ ਭਾਜੀ ਦੇ ਨਾਲ ਜੇ ਆਪਾਂ ਗੱਲਬਾਤ ਕਰਾਂਗੇ। ਭਾਜੀ ਉਹਨਾਂ ਦਾ ਮੈਂ ਨੰਬਰ ਨਹੀਂ ਬੋਲਣਾ ਵੀਡੀਓ ਦੇ ਵਿੱਚ ਤੁਹਾਨੂੰ ਨਾਮ ਦੱਸਤਾ ਆ। ਪੁਰਤਗਾਲ ਦੇ ਵਿੱਚ ਜਿੱਥੋਂ ਮਰਜ਼ੀ ਪੁੱਛ ਲਓ ਅਤੇ ਭਾਜੀ ਉਹਨਾਂ ਦਾ ਸੰਪਰਕ ਕਰਕੇ ਸਹੀ ਤਰੀਕੇ ਨਾਲ ਜਾਣਕਾਰੀ ਲੈ ਸਕਦੇ ਹੋ ਵੀ ਕਿਵੇਂ ਕਿਵੇਂ ਹੁੰਦੇ ਆ। ਅਤੇ ਬਾਕੀ ਤੁਹਾਨੂੰ ਜਿਹੜੇ ਲੋਕ ਜਾਣਦੇ ਨੇ ਭਾਜੀ ਨੂੰ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਨ੍ਹਾਂ ਨੇ ਭਾਜੀ ਉਹਨਾਂ ਤੋਂ ਸਲਾਹ ਲਈ ਸੀ ਵੀ ਕਿਵੇਂ ਉਹਨਾਂ ਦਾ ਤਜਰਬਾ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਭਾਜੀ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ ਭਾਜੀ। ਅਤੇ ਤੁਸੀਂ ਮੈਨੂੰ ਦੱਸੋ ਵੀ ਜੇਕਰ ਕੋਈ ਵੀ ਬੰਦਾ ਯੂਰਪ ਤੋਂ ਆਪਾਂ ਦੋ ਗੱਲਾਂ ਕਰਨੀਆਂ ਨੇ, ਇੱਕ ਤਾਂ ਉਹ ਜਿਹੜਾ ਨਵਾਂ ਆ ਰਿਹਾ ਆ ਪੁਰਤਗਾਲ ਦੇ ਵਿੱਚ, ਦੂਸਰੀ ਆਪਾਂ ਟੋਪਿਕ ਲਵਾਂਗੇ ਕਿ ਜਿਹੜੇ ਯੂਰਪ ਦੇ ਵਿੱਚ ਆਲਰੇਡੀ ਬੈਠੇ ਹੋਏ ਜਿਨ੍ਹਾਂ ਦੇ ਕੋਲ ਪੇਪਰ ਹੈ ਹੀ ਨਹੀਂ ਗੇ ਵੀ ਸਾਲ ਹੋ ਗਿਆ, ਦੋ ਸਾਲ ਹੋ ਗਿਆ, ਤਿੰਨ ਸਾਲ ਹੋ ਗਿਆ। ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜਾ ਬੰਦਾ ਨਵਾਂ ਆ ਰਿਹਾ ਆ ਪੁਰਤਗਾਲ ਦੇ ਵਿੱਚ। ਜੀ ਜੀ, ਉਹ ਗੱਲਾਂ ਬਾਤਾਂ ਬਣੀਆਂ ਨੇ ਵੀ ਆਹ ਆਹ ਪੇਪਰ, ਇੱਕ ਤੁਹਾਨੂੰ ਬੋਰਡਿੰਗ ਪਾਸ ਸਾਂਭ ਕੇ ਰੱਖਣਾ ਪੈਣਾ। ਤੁਸੀਂ ਮੈਨੂੂੰ ਪੇਪਰਾਂ ਬਾਰੇ ਚਲੋ ਦੱਸੋ ਵੀ ਉਹ ਚਲੋ ਤਕਰੀਬਨ ਤੁਸੀਂ ਦੱਸੋ ਸਾਰਾ ਮੈਨੂੰ ਗੱਲਬਾਤ ਐਕਸਪਲੇਨ ਕਰੋ ਪਹਿਲਾਂ। ਪੇਪਰਾਂ ਦੇ ਭਾਜੀ ਇੱਦਾਂ ਦੇਖੋ, ਜਿਹੜਾ ਬੰਦਾ ਵੀਜ਼ਾ ਲੈ ਕੇ ਆ ਰਿਹਾ ਨਾ ਪੁਰਤਗਾਲ ਦੇ ਵਿੱਚ, ਹਾਂਜੀ, ਉਹਦੇ ਲਈ ਥੋੜ੍ਹੀ ਰਿਕੁਆਇਰਮੈਂਟ ਸੌਖੀ ਹੋ ਜਾਂਦੀ ਹੈ। ਚਲੋ ਟੈਕਸ ਤਾਂ ਸੇਮ ਹੀ ਜਾਂਦੇ ਆ, ਰਿਕੁਆਇਰਮੈਂਟ ਸੇਮ ਆ, ਓਕੇ, ਬਟ ਡਾਕੂਮੈਂਟ ਦੇਖੋ ਕੋਈ ਜਿਹੜਾ ਪੁਰਤਗਾਲ 'ਚ ਬਣਦਾ ਉਹ ਬੰਦਾ ਸਾਂਭ ਕੇ ਰੱਖੇ ਵਧੀਆ ਰਹਿੰਦਾ ਜੀ, ਠੀਕ ਹੈ। ਦੂਜੀ ਗੱਲ, ਜਿਹੜੇ ਹੁਣ ਬੰਦੇ ਡੌਂਕੀ ਤੋਂ ਆ ਰਹੇ ਨੇ, ਹਾਂਜੀ, ਸਭ ਤੋਂ ਵੱਡੀ ਉਹਨਾਂ ਦੀ ਵੀ ਮੇਨ ਗੱਲ ਇਹ ਹੈ ਕਿ ਉਹ ਆਪਣੇ ਪਾਸਪੋਰਟ ਸਾਂਭ ਕੇ ਰੱਖਣ, ਕਿਉਂਕਿ ਐਮਬੈਸੀ ਦੇ ਵਿੱਚ ਜਾਂ ਬਾਅਦ 'ਚ ਆਪਾਂ ਜਾਂਦੇ ਹਾਂ ਉਹਦੇ ਵਿੱਚ ਬੰਦੇ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ, ਪਾਸਪੋਰਟ ਬਣਾਉਣਾ ਔਖਾ ਹੋ ਜਾਂਦਾ ਹੈ। ਅਗਰ ਜੇ ਉਹ ਪਾਸਪੋਰਟ ਲੈ ਕੇ ਆ ਰਹੇ ਨੇ ਜਾਂ ਆਪਣੇ ਕਿਸੇ ਰਿਸ਼ਤੇਦਾਰ ਦਾ ਨੰਬਰ ਲੈ ਕੇ ਜਾਂ ਉਹਦਾ ਐਡਰੈਸ ਲੈ ਕੇ ਉਹਨੂੰ ਉੱਥੇ ਕੋਰੀਅਰ ਕਰਨ ਜਾਂ ਕਿਸੇ ਰਿਸਪੋਂਸੀਬਿਲਿਟੀ ਦੇਣ, ਭਾਅ ਜੀ ਮੇਰਾ ਪਾਸਪੋਰਟ ਉੱਥੇ ਭੇਜ ਦਿਓ, ਤਾਂ ਉਹਨਾਂ ਲਈ ਬੈਸਟ ਰਹਿੰਦਾ, ਸੌਖਾ ਹੋ ਜਾਂਦਾ ਅੱਗੇ ਆਉਣਾ। ਨਹੀਂ ਬਾਅਦ ਵਿੱਚ ਉਹਨਾਂ ਨੂੰ ਪਾਸਪੋਰਟ ਹੁੰਦਾ ਉਹ ਚੀਜ਼ਾਂ ਦੇ, ਬੰਦਾ ਕਹਿੰਦਾ ਭਾਅ ਜੀ ਮੇਰੇ ਕੋਲ ਪਾਸਪੋਰਟ ਨਹੀਂ ਹੈਗਾ, ਫਿਰ ਉਹ ਚੀਜ਼ਾਂ ਦਾ ਜ਼ਿਆਦਾ ਬੰਦੇ ਲੋਸਟ ਹੁੰਦਾ ਜਾਂ ਪੈਸੇ ਦੇਣੇ ਪੈਂਦੇ ਜਾਂ ਵੱਧ ਦੇਣੇ ਪੈਂਦੇ ਨੇ। ਚਲੋ ਪੇਪਰ ਜਿਹੜੇ ਲੋਕਾਂ ਨੂੰ ਪਤਾ, ਵੈਸੇ ਹੀ ਸੋਸ਼ਲ ਮੀਡੀਆ ਲੋਕਾਂ ਨੇ ਪਾਇਆ ਹੋਇਆ ਵੀ ਪੇਪਰ ਕਿਹੜਾ ਬਣਦਾ ਕਿਹੜਾ ਨਹੀਂ ਬਣਦਾ, ਕਿਉਂਕਿ ਜਦੋਂ ਬੰਦਾ ਇੰਡੀਆ ਚੱਲਦਾ ਉਹਨੂੰ ਪਤਾ ਹੀ ਹੁੰਦਾ ਪੇਪਰ ਕਿਹੜਾ ਕਿਹੜਾ ਪੇਪਰ ਬਣਦਾ ਜਾਂ ਨਹੀਂ ਬਣਦਾ ਜੀ। ਅਤੇ ਦੂਜੀ ਗੱਲ ਆ ਜਾਂਦੀ ਹੈ ਜੀ ਹੈਲਪ ਵਾਲੀ, ਇੱਕ ਹੈ ਨਾ ਜੀ, ਸਾਡੇ ਕੋਲ ਪਿੱਛੇ ਦੋ ਤਿੰਨ ਕਿੱਸੇ ਇੱਦਾਂ ਹੋਏ ਸੀ ਅਤੇ ਬੰਦੇ ਸਾਡੇ ਕੋਲ ਆਏ ਸੀ ਕਹਿੰਦੇ ਭਾਅ ਜੀ ਅਸੀਂ ਲੋੜਵੰਦ ਆ, ਸਾਡੇ ਕੋਲ ਵੀ ਅਸੀਂ ਬਹੁਤ ਬੁਰੇ ਹਾਲਾਤਾਂ 'ਚ ਹੋਏ ਹਾਂ। ਚਲੋ ਜਿਹੜਾ ਡੌਂਕੀ ਲਾ ਕੇ ਆਉਂਦਾ ਸਾਨੂੰ ਪਤਾ ਬੁਰੇ ਹਾਲਾਤਾਂ 'ਚ ਹੀ ਆਉਂਦਾ ਜੀ, ਠੀਕ ਹੈ ਜੀ। ਅਸੀਂ ਹੈਲਪ ਵੀ ਕੀਤੀ ਦੋ ਚਾਰ ਬੰਦਿਆਂ ਦੀ, ਠੀਕ ਹੈ ਜੀ, ਤੋ ਸਾਨੂੰ ਬਾਅਦ 'ਚ ਪਤਾ ਲੱਗਦਾ ਕਿ ਉਹ ਬੰਦੇ ਹੈਲਪ ਮੰਗਦੇ ਸੀ ਪਰ ਉਹਨੂੰ ਹੈਲਪ ਦੀ ਲੋੜ ਨਹੀਂ ਸੀ, ਕਿਉਂਕਿ ਹੈਲਪ ਉਹਦੀ ਕੀਤੀ ਜਾਂਦੀ ਜਿਹੜਾ ਭਾਅ ਜੀ ਬੰਦਾ ਲੋੜਵੰਦ ਆ ਜਾਂ ਜਦੋਂ ਕੋਈ ਪੈਸੇ ਨਹੀਂ ਹੈਗੇ ਜਾਂ ਉਹਦੀ ਫੈਮਿਲੀ ਗਰਾਊਂਡ ਮਤਲਬ ਉਹ ਵਧੀਆ ਨਹੀਂ ਹੈਗਾ। ਤੋ ਜਿਨ੍ਹਾਂ ਦੀ ਅਸੀਂ ਹੈਲਪ ਕੀਤੀ ਦੋ ਚਾਰ ਬੰਦਿਆਂ ਦੀ, ਸਾਨੂੰ ਲੱਗਾ ਵੀ ਇਹਨਾਂ ਦੀ ਫੈਮਿਲੀ ਵਧੀਆ ਸੀ, ਇਹਨਾਂ ਸਾਡਾ ਇੱਕ ਬੇਵਕੂਫ ਲਾ ਲਓ ਹੈ ਨਾ, ਬੇਵਕੂਫ ਬਣਾਉਣ ਵਾਲਾ ਕੰਮ ਹੋ ਜਾਂਦਾ, ਹੋਰ ਇੱਦਾਂ ਦੇ ਬੰਦਿਆਂ ਕਰਕੇ ਸਾਡਾ ਵੀ ਮਨ ਦੁਖਦਾ ਵੀ ਜਿਹੜਾ ਅਸਲੀ ਲੋੜਵੰਦ ਸੀ ਅਸੀਂ ਉਹਨੂੰ ਨਾ ਕਰ ਬੈਠੇ, ਜਿਹੜਾ ਨਹੀਂ ਸੀ ਅਸੀਂ ਉਹਦੀ ਹੈਲਪ ਕਰ ਬੈਠੇ ਹਾਂ ਜੀ। ਇਹ ਨਾ ਤੁਹਾਡੇ ਇਕੱਲੇ ਨਾਲ ਨਹੀਂ ਹੋਇਆ ਜੀ ਜੀ, ਕੱਲ੍ਹ ਦੀ ਗੱਲ ਆ ਵੀ ਕੱਲ੍ਹ ਮੈਨੂੰ ਇੱਕ ਕਾਲ ਆਈ ਬੰਦੇ ਦੀ, ਅਤੇ ਉਹ ਮੈਨੂੰ ਬੰਦਾ ਕਹਿੰਦਾ ਕਿ ਭਾਜੀ ਮੈਂ ਐਮਸਟਰਡਮ ਏਅਰਪੋਰਟ ਦੇ ਉੱਪਰ ਉਤਰ ਗਿਆ ਹਾਂ ਜੀ ਜੀ, ਮੇਰੀ ਮਦਦ ਕਰੋ ਜੀ। ਹੁਣ ਮੈਂ ਉਸ ਨੂੰ ਸਿੱਧਾ ਜਵਾਬ ਦਿੱਤਾ, ਮੈਂ ਕਿਹਾ ਕਾਕਾ ਕਿੰਨੇ ਪੈਸੇ ਲਾ ਕੇ ਆਇਆ, ਕਹਿੰਦਾ 16 ਲੱਖ ਰੁਪਇਆ ਲਾ ਕੇ ਆਇਆ, ਅਤੇ ਮੈਂ ਕਿਹਾ ਵੀ 16 ਲੱਖ ਦਿੱਤਾ ਕਿਹਨੂੰ ਆ, ਕਹਿੰਦਾ ਏਜੰਟ ਨੂੰ, ਮੈਂ ਕਿਹਾ ਮੈਨੂੰ ਕੁਛ ਦਿੱਤਾ, ਕਹਿੰਦਾ ਨਹੀਂ, ਕਹਿੰਦਾ ਤੁਸੀਂ ਲੋਕਾਂ ਦੀ ਹੈਲਪ ਕਰਦੇ ਹੋ, ਮੈਂ ਕਿਹਾ ਹੈਲਪ ਤਾਂ ਤੂੰ ਏਜੰਟ ਦੀ ਕੀਤੀ ਜਿਹਨੂੰ 16 ਲੱਖ ਰੁਪਇਆ ਦਿੱਤਾ, ਸਹੀ ਹੈ ਜੀ, ਮੈਂ ਪੈਰਿਸ ਦੇ ਵਿੱਚ ਬੈਠਾ ਤੂੰ ਐਮਸਟਰਡਮ ਏਅਰਪੋਰਟ ਦੇ ਉੱਪਰ ਉਤਰਿਆ, ਮੈਂ ਤੇਰੀ ਹੈਲਪ ਨਹੀਂ ਕਰ ਸਕਦਾ, ਤੂੰ ਹੈਲਪ ਦੇ, ਤੂੰ ਤੈਨੂੰ ਤਾਂ ਲੋੜ ਹੀ ਨਹੀਂ ਹੈ ਕਿ ਤੂੰ 16 ਲੱਖ ਰੁਪਇਆ ਲਾ ਕੇ ਆ ਰਿਹਾ ਹੈ ਉੱਥੇ, ਜੀ ਜੀ ਜੀ, ਵੀ ਗੱਲ ਸਿਸਟਮ ਹੀ ਜਾਂਦੀ, ਪਰ ਉਹ ਹੁਣ ਬੰਦੇ ਨੇ ਗੁੱਸਾ ਕੀਤਾ, ਉਹਨੇ ਗੁੱਸੇ ਦੇ ਵਿੱਚ ਫੋਨ ਕੱਟਤਾ, ਮੈਨੂੰ ਪਤਾ ਵੀ ਕੱਲ੍ਹ ਨੂੰ ਮੈਂ ਕੋਈ ਵੀਡੀਓ ਪਾਊਂਗਾ, ਉਹ ਜੇ ਆਹ ਵੀਡੀਓ ਵੀ ਦੇਖੂਗਾ ਉਹਨੇ ਇਸ ਵੀਡੀਓ ਥੱਲੇ ਗਾਲ ਕੱਢਣੀ ਮੈਨੂੰ ਕਿ ਮੇਰੀ ਮਦਦ ਨਹੀਂ ਕੀਤੀ, ਕਿਉਂਕਿ ਜ਼ਰੂਰਤਮੰਦ ਨਹੀਂ ਸੀਗਾ ਉਹ। ਬਸ ਇਹੀ ਗੱਲ ਹੈ ਨਾ ਭਾਜੀ, ਹੁਣ ਜਿਹੜਾ ਲੋੜਵੰਦ ਹੈਗਾ ਸੀ ਆਪਾਂ ਉਹਦੀ ਹੈਲਪ ਨਹੀਂ ਕਰ ਪਿਆ, ਕਿਉਂਕਿ ਉਹ ਦੋ ਚਾਰ ਬੰਦਿਆਂ ਕਰਕੇ, ਕਿਉਂਕਿ ਉਹ ਲੋੜਵੰਦ ਹੈ ਹੀ ਨਹੀਂ ਸੀ, ਆਪਾਂ ਉਹਨੂੰ ਹੈਲਪ ਕਰਤੀ, ਸਾਨੂੰ ਬਾਅਦ 'ਚ ਪਤਾ ਲੱਗਾ, ਸਾਨੂੰ ਵੀ ਦੁੱਖ ਲੱਗਦਾ ਫਿਰ ਸਾਡੇ ਯਾਰ ਆਪਾਂ ਕਹਿੰਦੇ ਕੀ ਕਰਨਾ, ਆਪਾਂ ਨੂੰ ਕੀ ਲੋੜ ਹੈ ਜੀ, ਪਰ ਫਿਰ ਵੀ ਆਪਾਂ ਕਹਿੰਦੇ ਚਲੋ ਕੋਈ ਚੱਕਰ ਵਾਲੀ, ਜੇ ਕੋਈ ਬੰਦਾ ਲੋੜਵੰਦ ਆਉਂਦਾ ਆਪਾਂ ਉਹਦੀ ਹੈਲਪ ਕਰਦੇ ਹਾਂ ਜੀ, ਠੀਕ ਹੈ ਜੀ। ਅਤੇ ਹੁਣ ਗੱਲ ਆਪਾਂ ਕਰਦੇ ਹਾਂ ਯੂਰਪ ਦੇ ਵਿੱਚ ਜਿਹੜੇ ਲੋਕ ਬੈਠੇ ਹੋਏ ਨੇ, ਫਰਾਂਸ ਦੇ ਵਿੱਚ ਬੈਠੇ ਹੋਏ ਨੇ ਜਾਂ ਸਪੇਨ ਦੇ ਵਿੱਚ ਨੇ, ਹੁਣ ਤਕਰੀਬਨ ਸੁਣਨ ਦੇ ਵਿੱਚ ਆਉਂਦਾ ਕਿ ਜਿਹੜੇ ਇਟਲੀ ਦੇ ਵਿੱਚ ਵੀ ਲੋਕ ਪਹਿਲਾਂ ਗਏ ਹੋਏ ਸੀਗੇ, ਉਹਨਾਂ ਕੋਲ ਇਟਲੀ ਦੇ ਪੇਪਰ ਵੀ ਸੀਗੇ ਅਤੇ ਉਹਨਾਂ ਨੇ ਇੱਥੇ ਪੁਰਤਗਾਲ ਦੇ ਵਿੱਚ ਆਪਣੇ ਪੇਪਰ ਬਹੁਤ ਚੇਂਜ ਕਰਵਾ ਰਹੇ ਆ, ਕਿਉਂਕਿ ਉੱਥੇ ਜਿਹੜੀ ਆ ਏਜੰਟੀ ਬਹੁਤ ਹਾਈ ਲੈਵਲ 'ਤੇ ਪਹਿਲਾਂ ਚੱਲਦੀ ਸੀ, ਹੁਣ ਤਾਂ ਹਰ ਇੱਕ ਬੰਦਾ ਚੇਂਜ ਕਰਵਾ ਰਿਹਾ। ਹਾਂਜੀ ਹਾਂਜੀ ਹਾਂਜੀ, ਬਈ ਕੀ ਤੁਸੀਂ ਉਹਨਾਂ ਬੰਦੇ ਦੀ ਵੀ ਹੈਲਪ ਕਰਦੇ ਹੋ ਯੂਰਪ ਵਾਲਿਆਂ ਦੀ ਜੇਕਰ ਕਿਸੇ ਨੇ ਚੇਂਜ ਯੂਨੀਫਾਰਮ ਬਣਾਉਣੇ ਆ ਜਾਂ ਪੁਰਾਣਾ ਬੈਠਾ ਹੈ? ਹਾਂਜੀ ਹਾਂਜੀ ਭਾਜੀ, ਉਹ ਦੱਸੀ ਦਾ ਆਪਾਂ ਨੂੰ ਭਾਜੀ ਆ ਰਿਕੁਆਇਰਮੈਂਟ
ਆਪਾਂ ਨੂੰ ਕਹਿ ਸਕਦਾ ਜਾਂ ਕਮੈਂਟ ਕਰ ਸਕਦਾ ਕਿ ਆਪਾਂ ਕਿਸੇ ਨੂੰ ਸਲਾਹ ਨਹੀਂ ਦਿੱਤੀ। ਹਰ ਬੰਦੇ ਨੂੰ ਦੱਸੀਦਾ ਭਾਅ ਜੀ ਆਹ ਪ੍ਰੋਸੈਸ ਆ ਕਿ ਇੱਦਾਂ ਨਹੀਂ ਇੱਦਾਂ ਕਰ ਦਿਓ, ਕਿਉਂਕਿ ਉਹ ਚਲੋ ਹਰ ਬੰਦੇ ਦਾ ਇੱਕ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ। ਆਪਣਾ ਤਰੀਕਾ ਇਹ ਕਿ ਆਪਾਂ ਬੰਦੇ ਨੂੰ ਪਹਿਲਾਂ ਗਾਈਡੈਂਸ ਕਰਦੇ ਹਾਂ, ਠੀਕ ਹੈ, ਨਾ ਇਹ ਕਹਿੰਦੇ ਭਾਅ ਜੀ ਇੰਨੇ ਪੈਸੇ ਲੱਗਣਗੇ ਇੱਦਾਂ ਨਹੀਂ ਇੱਦਾਂ, ਪਹਿਲਾਂ ਬੰਦੇ ਨੂੰ ਆਪਾਂ ਗਾਈਡੈਂਸ ਕਰੀਏ ਭਾਅ ਜੀ ਜੇ ਤੁਹਾਡਾ ਦਿਲ ਕਰਦਾ ਇੱਦਾਂ ਨਹੀਂ ਇੱਦਾਂ ਕਰੋ ਕੰਮ ਕਰੋ ਅਤੇ ਤੁਸੀਂ ਈਜ਼ੀ ਰਹੋਗੇ, ਠੀਕ ਹੈ। ਚਲੋ ਬੰਦੇ ਕਰਦੇ ਵੀ ਨੇ, ਬੰਦਿਆਂ ਦਾ ਕਈਆਂ ਦਾ ਬਣਾਏ ਵੀ ਨੇ, ਬਣ ਲੈ ਕੇ ਗਏ ਵੀ ਨੇ ਪੁਰਤਗਾਲ, ਮੇਰੇ ਕੋਲ ਵੀ ਘੱਟ ਤੋਂ ਘੱਟ 400 ਬੰਦੇ ਅੱਜ ਵੀ ਮੇਰੇ ਨਾਲ ਟੱਚ ਦੇ ਵਿੱਚ ਨੇ ਜਿਹੜੇ ਬੰਦੇ ਦੇ ਕੰਮ ਕਰਾਏ ਹੋਏ ਨੇ ਜਾਂ ਬੰਦੇ ਕੰਮ ਕਰਕੇ ਗਏ ਨੇ, ਕਿਉਂਕਿ ਜੇ ਆਪਾਂ ਸਹੀ ਕੰਮ ਕੀਤਾ ਤਾਂ ਹੀ ਅਗਲਾ ਕੰਮ ਕਰਦੇ। ਮੈਂ ਤੁਹਾਨੂੰ ਉਹੀ ਪੁੱਛਣਾ ਸੀਗਾ ਕਿ ਵੀ ਤੁਸੀਂ ਇੰਨੇ ਲੋਕਾਂ ਦੇ ਪੇਪਰ ਹੁਣ ਤੱਕ ਹੈਲਪ ਕੀਤੀ ਆ, ਗਾਈਡ ਕੀਤਾ ਆ, ਉਹਨਾਂ ਦੇ ਬਣੇ ਨੇ ਕਾਰਡ ਲੈ ਕੇ ਗਏ ਨੇ, ਕਦੇ ਕਿਸੇ ਨੇ ਤੁਹਾਨੂੰ ਫੋਨ ਲਾਇਆ ਹੈ ਜਾਂ ਕੀ ਸਿਸਟਮ ਵੀ ਟੱਚ ਦੇ ਵਿੱਚ ਹੈਗੇ ਨੇ ਲੋਕ ਹਜੇ ਵੀ? ਹਾਂਜੀ ਬੰਦੇ ਅੱਜ ਵੀ ਟੱਚ ਦੇ ਨੇ, ਦੇਖੋ ਜਿਹੜੇ ਸੁੱਖੇ ਭਾਅ ਜੀ ਨੂੰ ਜਾਣਦੇ ਆ ਨਾ, ਜੇ ਤੁਸੀਂ ਵਾਕਈ ਭਾਅ ਜੀ ਦੇ ਥਰੂ ਤੁਸੀਂ ਤੁਹਾਡਾ ਭਲਾ ਆ, ਕਮੈਂਟ ਜ਼ਰੂਰ ਕਰਿਓ ਅਤੇ ਵੀਡੀਓ ਸ਼ੇਅਰ ਵੀ ਕਰਿਓ। ਮੈਨੂੰ ਪਤਾ ਲੱਗੇ ਕਿ ਵੀ ਵਾਕਈ ਸਾਡਾ ਭਰਾ ਵਧੀਆ ਕੰਮ ਕਰ ਰਿਹਾ ਹੈ ਨਾ, ਚਲੋ ਕਰ ਰਿਹਾ ਸੀ ਅਤੇ ਇਸੇ ਕਰਕੇ ਤਾਂ ਅਸੀਂ ਇੱਥੇ ਆਏ ਹਾਂ। ਇੱਕ ਗੱਲ ਭਾਅ ਜੀ ਹੋਰ ਕਿ ਜਿੱਦਾਂ ਪਿੱਛੇ ਜੀ ਵੀਡੀਓ ਦੇਖੀਆਂ ਸੀਗੀਆਂ ਟਿਕਟੌਕ ਦੇ ਉੱਪਰ ਕਿ ਲੋਕ ਇੱਥੇ ਪੰਜਾਬੀ ਨੌਜਵਾਨ ਖਾਸ ਕਰਕੇ ਗੱਤੇ ਦੇ ਡੱਬਿਆਂ ਦੇ ਵਿੱਚ ਰੋਡ ਦੇ ਉੱਪਰ ਸੁੱਤੇ ਪਏ ਨੇ, ਕੰਮ ਨਹੀਂ ਮਿਲ ਰਿਹਾ। ਸਾਡੇ ਪੈਰਿਸ ਦੇ ਵਿੱਚ ਵੀ ਨੇ ਕਾਫੀ ਲੋਕ ਸੜਕਾਂ ਦੇ ਉੱਪਰ ਸੌਂਦੇ ਨੇ, ਸਪੇਨ ਦੇ ਵਿੱਚ ਵੀ ਨੇ, ਕਿਉਂਕਿ ਵਾਇਆ ਸਰਬੀਆ ਕਾਫੀ ਲੋਕ ਆ ਚੁੱਕੇ ਨੇ। ਅਤੇ ਕੀ ਤੁਹਾਨੂੰ ਵੀ ਉੱਦਾਂ ਦੇ ਲੋਕਾਂ ਦੇ ਫੋਨ ਆਉਂਦੇ ਨੇ ਕਿ ਭਾਅ ਜੀ ਅਸੀਂ ਪਹੁੰਚ ਚੁੱਕੇ ਹਾਂ ਵੀ ਸਾਡੀ ਹੈਲਪ ਕਰੋ, ਜਾਂ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਭਾਅ ਜੀ? ਉਹਨਾਂ ਬਾਰੇ ਕਹਿਣਾ ਇੱਕੋ ਹੀ ਆ, ਦੇਖੋ ਹੁਣ ਜਦੋਂ ਬੰਦਾ ਇੰਡੀਆ ਚੱਲਦਾ ਹੈ ਨਾ ਜੀ, ਹਾਂਜੀ ਆਪਾਂ ਏਜੰਟ ਨਾਲ ਗੱਲ ਕਰ ਲੈਂਦੇ 12,13,000 ਜੋ ਵੀ ਬੰਦਾ ਕਰਦਾ ਹੈ, ਠੀਕ ਹੈ ਜੀ, ਆਪਾਂ ਉਹਨਾਂ ਇੱਕੋ ਅਪੀਲ ਕਰਦੇ ਹਾਂ ਉਹਨਾਂ ਮਾਂ ਪਿਓ ਨੂੰ। ਦੇਖੋ ਹੁਣ ਬੱਚੇ 18-18 ਸਾਲ ਦੇ ਬੰਦੇ ਆ ਰਹੇ ਨੇ, ਬਹੁਤ ਛੋਟੀ ਉਮਰ 'ਚ ਬੱਚੇ ਆ ਰਹੇ ਨੇ, ਤਾਂ ਉਹਨਾਂ ਦੀ ਇੱਕੋ ਅਪੀਲ ਆ ਅਤੇ ਮਾਂ ਪਿਓ ਨੂੰ ਵੀ ਤੁਸੀਂ ਪਲੀਜ਼ ਰਿਕੁਐਸਟ ਆ, ਜੇ ਤੁਸੀਂ ਬੰਦਾ ਜਾਂ ਬੱਚਾ ਯੂਰਪ ਦੇ ਵਿੱਚ ਭੇਜ ਰਹੇ ਹੋ ਤਾਂ ਉਹਦੀ ਕੰਮ ਸੇ ਕੰਮ ਉਹਦੇ ਰਹਿਣ ਦਾ ਪ੍ਰਬੰਧ ਇੱਕ ਵਾਰੀ ਕਰਿਆ ਕਰੋ ਜ਼ਰੂਰ, ਕਿਉਂਕਿ ਬੰਦੇ ਆ ਜਾਂਦੇ ਨੇ ਮੁੜ ਕੇ ਇੱਥੇ ਵਿਚਾਰੇ ਖੱਜਲ ਹੁੰਦੇ ਨੇ, ਨਾ ਕੋਈ ਸਾਂਭਦਾ ਜੀ, ਠੀਕ ਹੈ ਜੀ, ਕਿਉਂਕਿ ਆਪਾਂ ਵੀ ਕਿੰਨੇ 2-4 ਸਾਂਭਲਾਂਗੇ 5 ਸਾਂਭਲਾਂਗੇ ਜੀ, ਜਿੰਨਾ ਕੁ ਲੋੜਵੰਦ ਆਪਾਂ ਹੈਲਪ ਕਰੀਦੀ ਹੈ ਜੀ। ਭਾਅ ਜੀ ਲੋਕੀ ਇਹ ਸੋਚਦੇ ਨੇ ਕਿ ਯਾਦਵਿੰਦਰ ਵੀਡੀਓ ਪਾਉਂਦਾ ਆ, ਜੇ ਤੁਸੀਂ ਵੀਡੀਓ ਪਾਉਂਦੇ ਹੋਵੋਗੇ ਨਾ ਤਾਂ ਤੁਹਾਡੇ ਨਾਲ ਵੀ ਇਹ ਸਭ ਕੁਛ ਹੋਵੇ। ਅਗਲਾ ਕਹਿੰਦਾ ਵੀ ਏਜੰਟ ਨੂੰ ਪੈਸੇ ਦੇਤੇ, ਉਹ ਗੱਲ ਵੱਖਰੀ, ਉੱਥੇ ਯਾਦਵਿੰਦਰ ਹੈਗਾ ਮੇਰੇ ਮੁੰਡੇ ਨੂੰ ਸਾਂਭ ਲਊਗਾ। ਮੈਂ 12 ਮੁੰਡਿਆਂ ਨੂੰ ਸਰਬੀਆ ਤੋਂ ਵਾਇਆ ਸਰਬੀਆ ਆਏ ਸੀ ਪੈਰਿਸ ਦੇ ਵਿੱਚ ਇੱਕ ਘਰ ਦੇ ਵਿੱਚ ਰਖਾਏ ਸੀਗੇ, ਅਤੇ ਉਸ ਘਰ ਦਾ ਇੰਨਾ ਕੁ ਨਾਸ ਮਾਰਿਆ ਨਾ 2 ਮਹੀਨਿਆਂ ਦੇ ਵਿੱਚ, ਹਾਲਾਂਕਿ ਕਿਸੇ ਵੀ ਮੁੰਡੇ ਤੋਂ ਕੋਈ ਵੀ ਕਿਰਾਇਆ ਨਹੀਂ ਲਿਆ, ਅਤੇ ਜਿਹਦਾ ਮਕਾਨ ਮੇਰੇ ਦੋਸਤ ਦਾ ਮਕਾਨ ਸੀਗਾ ਉਹਨੇ ਵੀ ਮੇਥੋਂ ਕਿਰਾਇਆ ਨਹੀਂ ਲਿਆ, ਸਿਰਫ ਉਹ ਹੈਲਪ ਕਰ ਰਹੇ ਸੀ ਅਸੀਂ ਲੋਕਾਂ ਦੀ ਮਿਲ ਕੇ, ਅਤੇ ਪਰ ਘਰ ਦੀ ਇੰਨੀ ਕੋਈ ਜਖਣਾ ਪੱਟਤੀ ਵੀ ਉਹ ਬੰਦਾ ਕਹਿੰਦਾ ਵੀ ਭਾਅ ਜੀ ਮੇਰਾ ਘਰ ਖਾਲੀ ਕਰਾ ਦੇ, ਮੇਰਾ 5,00,000 ਯੂਰੋ ਦਾ ਘਰ ਆ ਅਤੇ ਮੇਰਾ ਵੀਰ ਮੈਂ ਨਹੀਂ ਰੱਖ ਸਕਦਾ, ਵੀ ਇਹ ਸਿਸਟਮ ਕੀ ਕਰ ਰਹੇ ਘਰ ਦਾ, ਗੱਦੇ ਕੰਬਲ ਹਰ ਚੀਜ਼ ਦੀ ਉਹਨੇ ਸਹੂਲਤ ਦਿੱਤੀ ਵੀ ਰਹਿ ਲਓ ਕਾਕਾ ਆਪਣਾ ਅੱਗੇ ਚੱਲ ਜਾਓ। ਅਤੇ ਇੱਥੇ ਪੁਰਤਗਾਲ ਦੇ ਵਿੱਚ ਵੀ ਮੈਂ ਇੱਕ ਗੱਲ ਸੁਣੀ ਸੀ, ਕਹਿੰਦੇ ਇੱਥੇ ਵੀ ਰਹਿਸ਼ਾ ਆਪਣੇ ਘਰ ਜਿਹੜੇ ਮਿਲਣੇ ਮੁਸ਼ਕਲ ਹੋਏ ਆ। ਨਹੀਂ ਭਾਅ ਜੀ ਗੱਲ ਸੇਮ ਹੀ ਹੈ, ਠੀਕ ਹੈ ਜੀ, ਦੇਖੋ ਹੁਣ ਜਦੋਂ ਬੰਦਾ ਘਰ ਇੱਥੇ ਲੈਂਦਾ ਹੈ ਨਹੀਂ, ਜੇ ਆਪਾਂ ਮਾਲਕ ਨਾਲ ਗੱਲ ਕਰਦੇ ਹਾਂ ਜੀ, 2-4 ਬੰਦਿਆਂ ਜਾਂ 5 ਬੰਦਿਆਂ ਦਾ ਘਰ ਲੈ ਕੇ ਤੁਹਾਡੇ ਟਰੱਸਟ ਕਰਦਾ ਤੁਹਾਡੇ ਦੇ, ਹਾਂਜੀ ਹਾਂਜੀ, ਠੀਕ ਹੈ ਜੀ, ਉਹ ਆਪਾਂ ਕੀ ਕਰਦੇ ਹਾਂ, ਆਪਾਂ 5 ਬੰਦੇ ਜਾਂ ਆਪਾਂ 10 ਰੱਖ ਲਏ, 7 ਰੱਖ ਲਏ ਜੀ, ਤਾਂ ਉਹ ਤੁਹਾਨੂੰ ਨੋਰਮਲ ਜੀ ਪਤਾ ਵੀ ਉਹ ਟਰੱਸਟ ਨਹੀਂ ਕਰਦੇ ਬਾਅਦ 'ਚ, ਇਸੇ ਕਰਕੇ ਸਾਰੇ ਬੰਦੇ ਦਾ ਨਾਮ ਖਰਾਬ ਹੋ ਜਾਂਦਾ ਇਸ ਚੀਜ਼ ਦੇ ਵਿੱਚ। ਦੂਜੀ ਗੱਲ ਮੈਂ ਦੁਬਾਰਾ ਫਿਰ ਅਪੀਲ ਕਰਦਾ ਸਾਰਿਆਂ ਨੂੰ ਕਿ ਜਿਹੜੇ ਬੰਦੇ ਮੇਰਾ ਭਰਾ ਸਰਬੀਆ ਰਾਹੀਂ ਆਉਂਦੇ ਨੇ, ਠੀਕ ਹੈ ਜੀ, ਉਹਨਾਂ ਦੇ ਪੇਰੈਂਟਸ ਨੂੰ ਅਪੀਲ ਆ ਕਿ ਉਹ ਕਮ ਸੇ ਕਮ ਪੁਰਤਗਾਲ ਬਾਰੇ ਗੱਲ ਰੱਖਿਆ ਕਰਨ ਵੀ ਸਾਡਾ ਬੱਚਾ ਪਹੁੰਚਣਾ ਚਾਹੀਦਾ। ਭਾਅ ਜੀ ਬਹੁਤ ਬੰਦੇ ਇੱਦਾਂ ਦੇ ਨੇ ਜਿਹੜੇ ਖੱਜਲ ਹੋਏ ਨੇ ਗੁਰਦੁਆਰਿਆਂ 'ਚ, ਵਿਚਾਰੇ ਬੈਠੇ ਨੇ 2-2, 3-3 ਦਿਨ ਕੱਪੜੇ ਨਹੀਂ ਮਿਲਦੇ ਉਹਨਾਂ ਨੂੰ, ਠੀਕ ਹੈ, ਬੰਦੇ ਸਾਡੇ ਕੋਲ ਵੀ ਆਏ ਨੇ, ਅਸੀਂ ਸੋਸ਼ਲ ਮੀਡੀਆ ਦੇ ਨਹੀਂ ਹੈਗੇ, ਚਲੋ ਸਾਡੀ ਇੱਕ ਪਛਾਣ ਨਹੀਂ ਹੈਗੀ, ਅਸੀਂ ਆਉਣਾ ਵੀ ਨਹੀਂ ਚਾਹੁੰਦੇ, ਉਹ ਜਿੰਨੀ ਕੁ ਹੈਲਪ ਹੋ ਜੇ ਆਪਾਂ ਕਰੀਦੀ ਆ, ਠੀਕ ਹੈ ਜੀ, ਪਰ ਫਿਰ ਆ ਕਿ ਬੰਦੇ ਬਾਅਦ 'ਚ ਆਣ ਕੇ ਬਹੁਤ ਭਾਅ ਜੀ ਔਖੇ ਹੁੰਦੇ ਨੇ ਇੱਥੇ, ਪੇਪਰਾਂ ਵੱਲੋਂ ਔਖੇ ਹੁੰਦੇ ਨੇ, ਠੀਕ ਹੈ, ਡਾਕੂਮੈਂਟ ਵੱਲੇ ਔਖੇ ਹੁੰਦੇ ਨੇ, ਰਹਿਸ਼ਾਂ ਦਾ ਪ੍ਰਬੰਧ ਨਹੀਂ ਹੈਗਾ ਇੱਥੇ, ਠੀਕ ਹੈ ਜੀ, ਸੋ ਇਹੀ ਅਪੀਲ ਆ ਜੀ ਆਪਣੇ ਸਭ ਨੂੰ ਜੀ। ਅਤੇ ਬਾਕੀ ਇੱਕ ਨਾ ਮੈਂ ਭਾਅ ਜੀ ਉਹਨਾਂ ਦੀ ਹੋਰ ਗੱਲ ਦੇਖੀ ਆ ਕਿ ਭਾਅ ਜੀ ਆਪਣੇ ਮੈਨੂੰ ਤਕਰੀਬਨ 2 ਦਿਨ ਹੋ ਗਏ ਆਇਆ ਹੋਇਆ ਨੂੰ, ਅਤੇ ਭਾਅ ਜੀ ਹੁਣ ਬੰਦੇ ਨੂੰ ਕਹਿੰਦੇ ਨੇ ਕਿ ਕਾਕਾ ਆਹ ਪੇਪਰ ਲੱਗਣੇ ਆ, ਤੇਰੇ ਪਾਸਪੋਰਟ ਦੀ ਫੋਟੋ ਕਾਪੀ ਨਾਲ, ਆ ਹੱਕ ਪਰੂਫ ਲੱਗਣਾ ਆ, ਜਾ ਕੇ ਆਪਣਾ ਅਕਾਊਂਟ ਖੁਲਵਾ ਲਿਆ, ਆਹ ਕੰਮ ਕਰ ਲਿਆ। ਇਹ ਇੱਕ ਸਭ ਤੋਂ ਵੱਡਾ ਚੰਗੇ ਬੰਦੇ ਦਾ ਪੁਆਇੰਟ ਹੁੰਦਾ ਆ ਕਿ ਉਹ ਸਾਰੇ ਪੇਪਰ ਅਗਲੇ ਨੂੰ ਦੱਸ ਕੇ ਉਹਦੇ ਹੱਥੀਂ ਸਾਰਾ ਕੰਮ ਕਰਵਾ ਰਿਹਾ ਆ, ਨਾ ਕਿ ਬੰਦਾ ਕਹਿ ਰਿਹਾ ਕਿ ਆਹ ਡਾਕੂਮੈਂਟ ਕਾਕਾ ਲੱਗਣਗੇ, 2 ਪੇਪਰ ਮੈਂ ਆਪਦੇ ਕੋਲੋਂ ਲੱਗਣੇ ਆ, ਵੀ ਉਹ ਪੇਪਰ ਤਾਂ ਲੱਗਣੇ ਨਹੀਂ ਹੁੰਦੇ, ਤਾਂ ਸਿਰਫ ਇੱਕ ਹਊਆ ਬਣਾਇਆ ਹੁੰਦਾ ਪੈਸੇ ਲੈਣ ਕਰਨੇ ਦਾ, ਵੀ ਆਹ ਕਰਨੇ ਆ, ਵੀ ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਕਿ ਵੀ ਇੱਕ ਬੰਦੇ ਦੇ ਹੱਥੀਂ ਕੰਮ ਹੋਣਾ, ਬੰਦੇ ਨੂੰ ਵਿਸ਼ਵਾਸ ਹੋਣਾ ਇਹ ਵੀ, ਹਾਂ ਬਾਕੀ ਤੁਹਾਨੂੰ ਯਾਰ ਆਪਣੇ ਆਪ ਪਤਾ ਲੱਗ ਜੂਗਾ ਜੇਕਰ ਤੁਸੀਂ ਭਾਅ ਜੀ ਬਾਰੇ ਪੁੱਛੋਗੇ ਪੁਰਤਗਾਲ ਦੇ ਵਿੱਚ। ਬਾਕੀ ਭਾਅ ਜੀ ਉਹਨਾਂ ਨੇ ਵਾਕਈ ਉਹ ਗੱਲ ਬਹੁਤ ਸਹੀ ਕਹੀ ਆ, ਮੈਂ ਵੀ ਆਪਣੀਆਂ ਕਾਫੀ ਵੀਡੀਓ ਦੇ ਵਿੱਚ ਗੱਲ ਕਹੀ ਆ ਕਿ ਜੇਕਰ ਤੁਸੀਂ ਕਿਸੇ ਏਜੰਟ ਦੇ ਥਰੂ
ਕੰਮ ਖਤਮ ਪੈਸੇ ਪਾਓ ਜੇਬ ਦੇ ਵਿੱਚ ਬਾਅਦ ਚ ਬਦਨਾਮ ਹੁੰਦੇ ਆ ਮੇਰੇ ਤੁਹਾਡੇ ਵਰਗੇ ਕਿ ਵੀ ਯਾਰ ਹੈਲਪ ਨਹੀਂ ਕਰਦੇ ਵੀਡੀਓ ਪਾਉਂਦੇ ਰਹਿੰਦੇ ਆ ਵਿਊ ਲੈਣ ਦੇ ਬਾਅਦ ਇਸੇ ਕਰਕੇ ਸੋਸ਼ਲ ਮੀਡੀਆ ਤੇ ਨਹੀਂ ਆ ਰਹੇ ਆ ਬਹੁਤ ਵਧੀਆ ਸਿਸਟਮ ਮੈਂ ਤੁਹਾਨੂੰ ਪਹਿਲਾਂ ਮੈਂ ਭਾਜੀ ਉਹਨਾਂ ਨੂੰ ਇਹੀ ਗੱਲ ਕਹੀ ਕਿ ਤੁਸੀਂ ਸੋਸ਼ਲ ਮੀਡੀਆ ਤੇ ਹੈ ਨਹੀਂ ਗਏ ਨਾ ਬਹੁਤ ਵਧੀਆ ਪੁਆਇੰਟ ਆ ਪਰ ਤੁਹਾਡੇ ਕੋਲ ਨੌਲੇਜ ਜਿਹੜੀ ਆ ਨਾ ਉਹ ਬਹੁਤ ਵਧੀਆ ਨੌਲੇਜ ਆ ਤੇ ਸੋਸ਼ਲ ਮੀਡੀਆ ਤੋਂ ਦੂਰ ਰਹੋ ਇਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੋ ਤੇ ਜਿਹੜੀਆਂ ਕਿਸੇ ਨਾ ਕਿਸੇ ਚੰਗੇ ਇਨਸਾਨ ਦੀ ਸੇਵਾ ਕੀਤੀ ਜਾਂ ਹੈਲਪ ਕੀਤੀ ਜ਼ਰੂਰ ਅੱਗੇ ਆਉਂਦੀ ਆ ਅਤੇ ਤੁਹਾਡਾ ਭਾਅ ਜੀ ਬਹੁਤ ਬਹੁਤ ਧੰਨਵਾਦ ਅਤੇ ਆਪਾਂ ਲੋਕਾਂ ਦੇ ਸਾਹਮਣੇ ਤੁਹਾਡੇ ਵਿਚਾਰ ਰੱਖੇ ਅਤੇ ਬਾਕੀ ਭਾਅ ਜੀ ਉਹਨਾਂ ਤੋਂ ਸੰਪਰਕ ਕਰ ਸਕਦੇ ਹੋ ਆਈ ਡੀ ਦੱਸਤੀ ਤੁਹਾਨੂੰ ਫੇਸਬੁੱਕ ਦੇ ਉੱਪਰ ਸੁੱਖ ਅਮਲੋਹ ਦੇ ਨਾਮ ਤੋਂ ਬਹੁਤ ਬਹੁਤ ਧੰਨਵਾਦ।